ਨੇ ਨਿਤਾਣੇ ਦੇ ਗ੍ਰਹਿ ਵਿਖੇ ਦੁਨੀਆਂ ਦੀ ਔਰ ਹਿੰਦੁਸਤਾਨ ਦੀ ਬਹੁਤ ਅਜ਼ੀਮ ਸ਼ਖਸੀਅਤ ਮੇਰੇ ਬਹੁਤ ਸਤਿਕਾਰਯੋਗ ਬਜ਼ੁਰਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਸਮੇਂ ਦੀਆਂ ਚੁਣੌਤੀਆਂ ਨਾਲ ਬਹੁਤ ਬਾਖੂਬੀ ਹਿੰਦੁਸਤਾਨ ਦੇ ਅੰਦਰ ਪੰਜਾਬ ਤੋਂ ਬਾਹਰ ਪਾਰਟੀ ਦਾ ਨਾਂ ਔਰ ਪਾਰਟੀ ਦੀ ਹੋਂਦ ਨੂੰ ਕਾਇਮ ਕਰਨ ਵਾਲੇ ਬੇਸ਼ੱਕ ਮੇਰੇ ਛੋਟੇ ਭਰਾ ਹਨ ਪਰ ਸਾਡੇ ਲੀਡਰ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਬਾਣੀ ਦਾ ਵਾਕ ਹੈ ਜਿਨ ਸੇਵਿਆ ਤਿਨ ਪਾਇਆ ਮਾਣ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਇੱਕ ਸਿੱਖ ਘਰਾਣੇ ਵਿੱਚ ਜਨਮ ਲੈ ਕੇ ਉਸ ਅਕਾਲ ਪੁਰਖ ਦੀ ਮਿਹਰ ਨਾਲ ਅਗਰ ਮੈਂ ਇਹ ਕਹਿ ਲਵਾਂ ਜੋ ਮਰਿਆਦਾ ਔਰ ਜੋ ਗੁਰੂ ਘਰ ਦਾ ਆਸ਼ਾ ਔਰ ਜੋ ਨਿਮਰਤਾ ਤੇ ਵਿਨਮਰਤਾ ਨਾਲ ਇੱਕ ਪਲ ਐਸਾ ਨਹੀਂ ਆਇਆ ਹਿੰਦੁਸਤਾਨ ਦੇ 800 ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਰਾਜ ਸਭਾ ਦੇ ਜਿਨ੍ਹਾਂ ਨੇ ਕਦੇ ਬੀਬੀ ਹਰਸਿਮਰਤ ਨੂੰ ਆਪਣੇ ਸਿਰ ਤੋਂ ਪੱਲੂ ਲਾ ਕੇ ਦੇਖਿਆ ਹੋ। ਬਾਦਲ ਸਾਹਿਬ ਮੈਂ ਦਾਸ ਆਪ ਦੇ ਚਰਨਾਂ ਵਿੱਚ ਪਹਿਲੀ ਬੇਨਤੀ ਇਹ ਕਰਨਾ ਚਾਹੁੰਦਾ ਕਹਿੰਦੇ ਆ ਬਿਹਾਈਂਡ ਐਵਰੀ ਗ੍ਰੇਟ ਮੈਨ ਦੇਰ ਇਜ਼ ਅ ਵੁਮਨ ਹਰ ਮਹਾਨ ਮਨੁੱਖ ਪਿੱਛੇ ਇੱਕ ਔਰਤ ਦਾ ਕਿਰਦਾਰ ਔਰ ਇੱਕ ਜਨਨੀ ਦੀ ਮਹੱਤਤਾ ਹੋਇਆ ਕਰਦੀ ਹੈ। ਮੈਨੂੰ ਯਾਦ ਹੈ ਤੁਹਾਡੀਆਂ ਜੇਲ੍ਹ ਯਾਤਰਾਵਾਂ ਦੌਰਾਨ ਪੰਜਾਬੀ ਸੂਬੇ ਦੇ ਮੋਰਚਿਆਂ ਦੌਰਾਨ ਗੁਰਦੁਆਰਾ ਸਾਹਿਬ ਦੀ ਆਜ਼ਾਦੀ ਦੇ ਮੋਰਚਿਆਂ ਦੌਰਾਨ ਐਮਰਜੈਂਸੀ ਦੇ ਮੋਰਚਿਆਂ ਦੇ ਦੌਰਾਨ ਸਾਡੇ ਸਤਿਕਾਰਯੋਗ ਵੱਡੇ ਬੀਬੀ ਜੀ ਹੋਰਾਂ ਨੇ ਅਗਰ ਦੁਨੀਆਂ ਵਿੱਚ ਪੰਜਾਬ ਦੀ ਪੋਲਿਟਿਕਸ ਔਰ ਨਾਮ ਰੋਸ਼ਨ ਹੋਇਆ ਬਾਦਲ ਪਰਿਵਾਰ ਦਾ ਪਹਿਲੀ ਉਹ ਜਨਨੀ ਦੇ ਰੂਪ ਵਿੱਚ ਉਹਨਾਂ ਨੇ ਨਾਂ ਰੋਸ਼ਨ ਕੀਤਾ ਔਰ ਮੈਂ ਬਹੁਤ ਥਾਵਾਂ ਤੇ ਕਿਹਾ ਕਿ ਮੈਂ ਵੀ ਮੇਰਾ ਛੋਟਾ ਭਰਾ ਔਰ ਅਕਾਲੀ ਦਲ ਦਾ ਪ੍ਰਧਾਨ ਇਸ ਦਾ ਲੱਕੀਐਸਟ ਮੈਨ ਔਨ ਅਰਥ ਜਿਨ੍ਹਾਂ ਨੂੰ ਹਰਸਿਮਰਤ ਕੌਰ ਬਾਦਲ ਵਰਗੀ ਧਰਮ ਪਤਨੀ ਮਿਲੀ ਹੈ ਜਿਨ੍ਹਾਂ ਦਾ ਡਿਟਰਮੀਨੇਸ਼ਨ ਔਰ ਜਿਨ੍ਹਾਂ ਦੀ ਪੰਜਾਬ ਤੇ ਸਿੱਖ ਮਸਲਿਆਂ ਬਾਰੇ ਕੋਈ ਪਹਿਲਾ ਹਿੰਦੁਸਤਾਨ ਦਾ ਮੈਂਬਰ ਆਫ ਪਾਰਲੀਮੈਂਟ ਰਿਲੇਸ਼ਨਸ਼ਿਪ ਵਿਦ ਦਾ ਓਪੋਜੀਸ਼ਨ ਇਨ ਦਾ ਕੰਟਰੀ ਸਭ ਵੱਡੇ ਨੇਤਾਵਾਂ ਦੇ ਨਾਲ ਆਪਦਾ ਇੱਕ ਪ੍ਰਭਾਵ ਹਿੰਦੁਸਤਾਨ ਦੀ ਰਾਜਨੀਤੀ ਤੇ ਉਹਨਾਂ ਨੇ ਛੱਡਿਆ। ਮੈਂ ਉਹਨਾਂ ਨੂੰ ਅੱਜ ਗ੍ਰਹਿ ਵਿਖੇ ਆਉਣ ਤੇ ਕਿਉਂਕਿ ਰਾਜਵਿੰਦਰ ਸਿੰਘ ਮਜੀਠਾ ਸਾਹਿਬ ਔਰ ਉਸ ਤੋਂ ਪਹਿਲਾਂ ਮਜੀਠਾ ਪਰਿਵਾਰ ਨਾਲ ਮੇਰੇ ਪਿਤਾ ਜੀ ਸਰਦਾਰ ਗੁਰਮੀਤ ਸਿੰਘ ਹੋਰਾਂ ਦਾ ਸਰਗਵਾਸੀ ਉਹ ਭਾਜੀ ਕਹਿ ਕੇ ਸਾਰਿਆਂ ਨੂੰ ਬੁਲਾਇਆ ਕਰਦੇ ਸਨ ਮਜੀਠਾ ਪਰਿਵਾਰ ਵਿੱਚ ਮੇਰੇ ਫਾਦਰ ਨੂੰ ਔਰ ਉਸ ਪਰਿਵਾਰ ਨਾਲ ਵੀ ਇੱਕ ਰਿਸ਼ਤਾ ਰਿਹਾ। ਅੱਜ ਨਾਲ ਆਏ ਹਨ ਮੈਂ ਇੱਕ ਸੱਚੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਿਉਂਕਿ ਘਰ ਵਿੱਚ ਪ੍ਰਕਾਸ਼ ਹੈ ਮੈਂ ਇਹ ਕਹਿਣੀ ਚਾਹੁੰਦਾ ਕਿ ਬਹੁਤ ਵਿਪਤਾ ਦੀ ਕੜੀ ਵਿੱਚ ਇਸ ਇਲਾਕੇ ਦੇ ਲੋਕਾਂ ਦੇ ਕੰਮਾਂ ਪ੍ਰਤੀ
ਜਦ ਵੀ ਮੇਰਾ ਛੋਟਾ ਭਰਾ ਰਿਪਜੀਤ ਸਿੰਘ ਬਰਾੜ ਕਾਂਗਰਸ ਦੇ ਵਿੱਚ ਹੁੰਦਿਆਂ ਹੋਇਆਂ ਵੀ ਅਗਰ ਕਿਸੇ ਵਰਕਰ ਤੇ ਵਿਪਤਾ ਆਈ ਹੈ, ਅਗਰ ਸਭ ਤੋਂ ਵੱਧ ਬਾਂਹ ਫੜੀ ਕਿਸੇ ਬੰਦੇ ਨੇ, ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਫੜੀ ਜਦ ਉਹਨਾਂ ਕੋਲੇ ਕੰਮ ਜਾਂਦੇ ਰਹੇ। ਅੱਜ ਸਾਰੇ ਪਰਿਵਾਰ ਦਾ ਘਰ ਆਉਣਾ, ਮੈਂ ਅਸ਼ਬਦ ਹਾਂ, ਜਦੋਂ ਅਸ਼ਬਦ ਔਰ ਪ੍ਰਸ਼ਨ ਗਿਰਦਾ ਹੈ ਫਿਰ ਹੁਕਮ ਦਾ ਪੈਰਾ ਹੋਇਆ ਕਰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ ਸ਼ਤਾਬਦੀ ਸਮਾਰੋਹ ਸਾਰੀ ਦੁਨੀਆ ਵਿੱਚ ਮਨਾਏ ਜਾ ਰਹੇ ਹਨ। ਜ਼ਿਆਦਾ ਸਮਾਂ ਨਹੀਂ ਲੈਣਾ, 2 ਮਿੰਟਾਂ ਵਿੱਚ ਮੈਂ ਗੱਲ ਆਪਣੀ ਖਤਮ ਕਰਾਂਗਾ। ਸਾਰੀਆਂ ਉਦਾਸੀਆਂ ਦੇ ਦੌਰਾਨ ਬਾਬੇ ਨਾਨਕ ਤੇ ਇੱਕੋ ਪ੍ਰਸ਼ਨ ਹੁੰਦਾ ਰਿਹਾ, ਤੁਸੀਂ ਹਿੰਦੂ ਹੋ ਕਿ ਮੁਸਲਮਾਨ, ਤੁਹਾਡੀ ਜ਼ਾਤ ਕੀ ਹੈ? ਤੇ ਅੱਗੋਂ ਜਵਾਬ ਜਦੋਂ ਪੁੱਛਿਆ ਜਾਂਦਾ ਸੀ ਸਿੱਧਾਂ ਵੱਲੋਂ ਮਾਨ ਸਰੋਵਰਾਂ ਤੇ ਏਸ਼ੀਆ ਦੇ ਭ੍ਰਮਣ ਵੇਲੇ ਇਹ ਸਵਾਲ ਕੀਤਾ ਗਿਆ ਗੁਰੂ ਮਹਾਰਾਜ ਬਾਬਾ ਨਾਨਕ ਤੇ, ਕਿੱਧਰੋਂ ਆਏ ਹੋ, ਕਿੱਧਰ ਜਾਣਾ ਹੈ? ਅੱਜ ਇਹ ਪ੍ਰਸ਼ਨ ਰੈਲੇਵੈਂਟ ਹੈ ਅੱਜ ਦੀ ਸਥਿਤੀ ਵਿੱਚ। ਉਸ ਬਾਬੇ ਨਾਨਕ ਦੇ ਕਦਮਾਂ, ਉਹਨਾਂ ਦੀ ਕਦਮਾਂ ਦੀ ਧੂੜ ਨੂੰ ਮਿੱਟੀ ਤੇ ਲਾ ਕੇ ਅੱਗੋਂ ਜਵਾਬ ਆਉਂਦਾ ਸੀ, ਕਿੱਧਰੋਂ ਆਏ ਨਹੀਂ, ਕਿੱਧਰੇ ਜਾਣਾ ਨਹੀਂ, ਸਮਾਉਣਾ ਹੈ ਔਰ ਮਿੱਟੀ ਤੇ ਧਰਤੀ ਤੋਂ ਜ਼ਾਤ ਪਾਤ ਦਾ ਖਾਤਮਾ ਕਰਕੇ ਗਰੀਬ ਦਾ, ਨੀਚਾ ਅੰਦਰ ਨੀਚ, ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਜੋ ਬਾਬਾ ਨਾਨਕ ਦਾ ਫਰਮਾਨ ਹੈ ਉਹਨੂੰ ਇਸ 550 ਸਾਲਾ ਦੀ ਸ਼ਤਾਬਦੀ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁਨੇਹਾ ਅਗਰ ਸਾਰੇ ਸੰਸਾਰ ਵਿੱਚ ਚਲਾ ਜਾਏ, ਦੁਨੀਆ 'ਚ ਐਡਾ ਵੱਡਾ ਇੰਟਲੈਕਚੁਅਲ, ਐਡਾ ਵੱਡਾ ਮੁਰਸ਼ਦ, ਐਡਾ ਵੱਡਾ ਕੋਈ ਧਾਰਮਿਕ ਆਗੂ ਦੁਨੀਆ ਨੇ ਪੈਦਾ ਨਹੀਂ ਕੀਤਾ, ਉਹ ਗੁਰੂ ਨਾਨਕ ਦੇਵ ਮਹਾਰਾਜ ਦੀ ਉਸ ਸਾਰੀ ਸਿੱਖਿਆ ਔਰ ਵਿਆਥਿਆ 'ਚੋਂ ਅਸੀਂ ਅੱਗੇ ਤੁਰਨਾ ਹੈ। ਮੌਲਾਨਾ ਰੂਮੀ ਸੂਫੀ ਮਤ ਦੇ ਦੁਨੀਆ ਦੇ ਬਹੁਤ ਮਸ਼ਹੂਰ ਸੰਤ ਹੋਏ ਹਨ ਔਰ ਰੂਮੀ ਮੌਲਾਨਾ ਸਾਹਿਬ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਪ੍ਰਚਾਰ ਕਰਦੇ ਹੋ ਕਿ ਰੱਬ ਇੱਕ ਹੈ, ਸਾਂਝੀਵਾਲਤਾ ਹੈ, ਸਾਂਝੀਵਾਲਤਾ ਦਾ ਸੁਨੇਹ ਹੈ ਤੇ ਧਰਮ ਦੀਆਂ ਵੰਡੀਆਂ ਹਨ, ਉਹਨਾਂ ਨੇ ਕਿਹਾ ਸੀ ਕਿ ਪ੍ਰੇਮ ਦਾ ਮਾਰਗ ਸੰਸਾਰ ਵਿੱਚ ਉਹਦੇ ਨਾਲੋਂ ਉੱਤਮ ਮਾਰਗ ਕੋਈ ਨਹੀਂ ਹੈ। ਅੱਜ ਇਹਨਾਂ ਨਿਮਾਣੇ ਨਿਤਾਣਿਆਂ ਵਰਕਰਾਂ ਸਾਥੀਆਂ ਬੀਜੇਪੀ ਦੀ ਲੀਡਰਸ਼ਿਪ ਆਈ ਹੈ, ਇੱਥੋਂ ਦੇ ਸਰਗਰਮ ਅਕਾਲੀ ਦਲ ਦੇ ਆਗੂ ਆਏ ਹੈ, ਵਰਕਰ ਸਾਹਿਬਾਨ ਆਏ ਹੈ, ਪ੍ਰੈਸ ਆਈ ਹੈ, ਤੁਸੀਂ ਇਸ ਗ੍ਰਹਿ ਵਿਖੇ ਆ ਕੇ ਜੋ ਸ਼ਬਦ ਹਿੰਦੁਸਤਾਨ ਦੇ ਸਟੇਟਸਮੈਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਮੁਖਾਰਬਿੰਦ ਤੋਂ ਨਿਕਲੇ ਹਨ ਔਰ ਜਿਹੜੇ ਸ਼ਬਦ ਮੇਰੀ ਛੋਟੀ ਭੈਣ ਹਰਸਿਮਰਤ ਕੌਰ ਬਾਦਲ ਦੇ ਮੁਖਾਰਬਿੰਦ ਚੋਂ ਨਿਕਲੇ ਹਨ, ਮੈਂ ਉਹਨਾਂ ਸ਼ਬਦਾਂ ਨੂੰ ਹੁਕਮ ਵਿੱਚ ਰਹਿੰਦਿਆਂ ਹੋਇਆਂ ਆਪਣੀ ਝੋਲੀ ਪਾ ਕੇ ਜਿੱਥੇ ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਮੈਨੂੰ ਸੇਵਾ ਦੇਵੇਗਾ, ਇੱਕ ਵਰਕਰ ਦੇ ਰੂਪ ਵਿੱਚ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਵਜੋਂ ਸੇਵਾ ਕਰਾਂਗਾ। 2 ਗੱਲਾਂ ਮੈਨੂੰ ਸਮਰਨ ਹਨ, ਉਹਦਾ ਜ਼ਿਕਰ ਕਰਕੇ ਮੈਂ ਆਗਿਆ ਲਵਾਂਗਾ। ਮੇਰੇ ਪਿਤਾ ਜੀ ਸਰਗਵਾਸੀ ਸਰਦਾਰ ਗੁਰਮੀਤ ਸਿੰਘ 57 ਵਿੱਚ MLA ਬਣੇ ਬਾਘਾ ਪੁਰਾਣਾ ਤੋਂ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮਲੋਟ ਤੋਂ MLA ਬਣੇ ਪਹਿਲੀ ਵਾਰ। ਇੱਕ ਚੋਣ ਆਈ,
ਜਿਸ ਦਾ ਇਨ ਦਾ ਐਨਲਸ ਆਫ ਇਲੈਕਸ਼ਨ ਹਿਸਟਰੀ ਜਿਹਦਾ ਜ਼ਿਕਰ ਹੈ ਉਹ ਹੈ 1967 ਦੀ ਚੋਣ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੱਤ ਗਏ ਸਨ ਲੇਕਿਨ ਅਫਸਰਾਂ ਦੀ ਬੇਈਮਾਨੀ ਕਰਕੇ 57 ਵੋਟਾਂ ਦੇ ਨਾਲ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਰਿਜ਼ਲਟ ਡਿਕਲੇਅਰ ਕਰ ਦਿੱਤਾ ਗਿਆ 57 ਤੇ 67 ਮੇਰਾ 57 ਦਾ ਬਰਥ ਹੈ 67 ਦੇ ਵਿੱਚ ਬਾਦਲ ਸਾਹਿਬ ਉਸ ਚੋਣ ਤੋਂ ਬਾਅਦ ਘਰ ਆਏ ਆਪਣੇ ਮਿੱਤਰ ਔਰ ਅਕਾਲੀ ਦਲ ਦੇ ਕੋਲੀਗ ਮੇਰੇ ਪਿਤਾ ਜੀ ਨੂੰ ਮਿਲ ਔਰ ਉਹਨਾਂ ਨੇ ਇਕੱਠਿਆਂ ਬਹਿ ਕੇ ਇਲੈਕਸ਼ਨ ਕਮਿਸ਼ਨ ਨੂੰ ਟੈਲੀਗ੍ਰਾਮਸ ਪਾਈਆਂ ਕਿ ਧੋਖਾ ਹੈ ਇਸ ਚੋਣ ਦੇ ਵਿੱਚ ਡੈਕਲਰੇਸ਼ਨ ਆਫ ਰਿਜ਼ਲਟ ਹੋਈ ਹੈ ਉਸ ਵੇਲੇ ਦੇ ਐਸਟੀਐਮ ਅਧਿਕਾਰੀ ਸੋਹਤਾ ਸਾਹਿਬ ਵੱਲੋਂ ਔਰ ਉਸ ਤੋਂ ਬਾਅਦ ਜੋ ਲੰਬੀ ਸਟਰਗਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੜੀ ਮੈਂ ਭੈਣ ਜੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਜੇ ਤਿਲ ਫੁੱਲ ਮੈਂ ਮਿਹਨਤ ਜ਼ਿੰਦਗੀ ਦੀ ਕਰ ਸਕਿਆ ਉਹ ਮੈਂ ਬਾਦਲ ਸਾਹਿਬ ਤੋਂ ਇਸ ਕਰਕੇ ਸਿੱਖੀ ਕਿ ਮੈਨੂੰ 1980 ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਜ਼ਿੰਦਾ ਸਨ ਗੁਰਦਿਆਲ ਸਿੰਘ ਢਿੱਲੋਂ ਗਿਆਨੀ ਜ਼ੈਲ ਸਿੰਘ ਸਰਦਾਰ ਦਰਬਾਰਾ ਸਿੰਘ ਬੂਟਾ ਸਿੰਘ ਬਲਰਾਮ ਜਾਖੜ ਸੁਖਬੰਸ ਕੌਰ ਪਿੰਡਰ ਇਹ ਅਮਰਿੰਦਰ ਸਿੰਘ MP ਇਲੈਕਟ ਹੋ ਕੇ ਗਏ ਸੀ 80 ਚ ਤੇ ਉਦੋਂ ਬਾਅਦ ਵਿਧਾਨ ਸਭਾ ਦੀ ਚੋਣ ਸੀ ਤੇ ਮੈਨੂੰ ਅੰਦਰ ਬੁਲਾ ਕੇ ਕਿਹਾ ਗਿਆ ਕਿ ਤੁਮ ਲੜੋਗੇ ਚੁਣਾਵ ਲੜੋਗੇ ਮੁੱਖ ਮੰਤਰੀ ਕੇ ਖਿਲਾਫ ਮੈਂ ਕਿਹਾ ਅਗਰ ਆਪ ਮੁਝੇ ਪਾਰਟੀ ਕਾ ਟਿਕਟ ਦੇਂਗੇ ਤੋ ਮੈਂ ਚੁਣਾਵ ਲੜੂੰਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗਿੱਦੜਵਾਦੀ ਮੰਡੀ ਮੈਂ ਤਿਆਰ ਹੋ ਕੇ ਜੇ ਦੁਕਾਨਾਂ ਵਾਲਿਆਂ ਨੂੰ ਕਹਿਣ ਜਾਣਾ 9 ਵਜੇ ਵੀ ਜਾਵਾਂਗੇ ਜਦੋਂ ਦੁਕਾਨਾਂ ਖੁੱਲਣਗੀਆਂ 7 ਵਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗਿੱਦੜਵਾਦੀ ਮੰਡੀ ਵਿੱਚ ਉੱਥੋਂ ਦੀਆਂ ਦੁਕਾਨਾਂ ਤੇ ਘਰਾਂ ਵਿੱਚ ਇੱਕ ਇੱਕ ਘਰ ਦੇ ਵਿੱਚ ਵੋਟ ਮੰਗ ਰਹੇ ਹੁੰਦੇ ਸੀ ਵਿਨਮਰਤਾ ਤੇ ਨਿਮਰਤਾ ਦੇ ਨਾਲ ਅਗਰ ਮਿਹਨਤ ਦਾ ਪਾਠ ਵੀ ਪੰਜਾਬ ਦੀ ਪੋਲਿਟਿਕਸ ਵਿੱਚ ਕਿਸੇ ਵਿਅਕਤੀ ਤੋਂ ਸਿੱਖਿਆ ਜਾ ਸਕਦਾ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਨ ਔਰ ਮੈਨੂੰ ਇਹ ਵੀ ਯਾਦ ਹੈ ਮੈਨੂੰ ਇਹ ਵੀ ਯਾਦ ਹੈ ਮੈਨੂੰ ਇਹ ਵੀ ਯਾਦ ਹੈ ਅੱਜ ਦੇ ਪੋਲੀਟੀਸ਼ੀਅਨਸ ਨੂੰ ਇਹ ਲੈਸਨ ਹੈ ਸੀਰੀਅਸਨੈਸ ਆਫ ਪੋਲੀਟਿਕਸ ਉਦੋਂ ਬਾਦਲ ਸਾਹਿਬ ਬੈਲਟ ਹੁੰਦੇ ਸੀ ਤੇ ਟੇਬਲ ਦੇ ਉੱਤੇ ਆਪਾਂ ਬੈਠੇ ਸੀ ਤੇ ਟੇਬਲ ਤੇ ਬੈਲਟ ਆਉਂਦਾ ਸੀ ਜਿੱਥੇ ਵੋਟ ਤੱਕੜੀ ਤੇ ਪੰਜੇ ਦੇ ਨਿਸ਼ਾਨ ਤੇ ਕਈ ਵੋਟਾਂ ਅੱਗੇ ਪਿੱਛੇ ਹੋ ਜਾਂਦੀਆਂ ਸੀ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ 10,000 ਵੋਟਾਂ ਤੇ ਲੀਡ ਕਰਨ ਦੇ ਬਾਵਜੂਦ ਇੱਕ ਇੱਕ ਵੋਟ ਲਈ ਆਪਦੀ ਪਾਰਟੀ ਦੀ ਵੋਟ ਲਈ ਉਹ ਸੰਘਰਸ਼ ਕਰਦੇ ਸੀ ਉਸ ਰਿਟਰਨਿੰਗ ਟੇਬਲ ਤੇ ਕਿ ਇਹ ਵੋਟ ਦੇ ਹੱਕਦਾਰ ਸਾਡੀ ਪਾਰਟੀ ਹੈ ਜੋ ਡਿਜ਼ਰਵਿੰਗ ਉਸ ਵੇਲੇ ਮੋਹਰ ਲੱਗੀ ਹੁੰਦੀ ਸੀ ਮੈਂ ਕਹਿਣ ਤੋਂ ਮੇਰਾ ਭਾਵ ਇਹ ਹੈ ਇਲੈਕਟੋਰਲ ਪੋਲਿਟਿਕਸ ਮਿਹਨਤ ਕਰਨਾ ਬੰਦਿਆਂ ਨੂੰ ਮਿਲਣਾ ਲੋਕਾਂ ਨਾਲ ਸੰਪਰਕ ਮੇਰੇ ਕੋਲ ਬਹੁਤ ਉਦਾਹਰਣ ਹਨ ਉਹ ਸਮਾਂ ਨਹੀਂ ਹੈ ਉਹ ਗੱਲਾਂ ਕਰਨ ਦਾ ਜੋ ਮੈਂ ਇੱਥੇ ਬਿਆਨ ਦਿਲੋਂ ਹਿਰਦੇ ਦੀ ਗਹਿਰਾਈ ਤੋਂ ਕਰਨਾ ਚਾਹੁੰਦਾ ਔਰ ਉਸ ਤੋਂ ਬਾਅਦ 96 ਵਿੱਚ ਸਾਹ ਸੁਖਬੀਰ ਸਿੰਘ ਬਾਦਲ ਕਾਮਯਾਬ ਹੋਏ ਮੈਨੂੰ 5 ਕਾਂਗਰਸ ਦੇ ਪ੍ਰਧਾਨਾਂ ਨੇ ਇਹ ਬਿਲਕੁਲ ਠੀਕ ਹੈ ਸਟੇਜ ਦੇ ਉੱਪਰੋਂ ਨੇਤਾਵਾਂ ਨੇ ਕਿ 78 ਬੰਦਿਆਂ ਦਾ ਰਾਜ ਹੋਵੇ ਹਿੰਦੁਸਤਾਨ ਦੀ ਪਾਰਲੀਮੈਂਟ ਦੀ ਚੋਣ ਹੋਵੇ ਔਰ ਕਾਂਗਰਸ ਪਾਰਟੀ ਆਪਣੇ ਕੈਂਡੀਡੇਟ ਡਿਕਲੇਅਰ ਨਾ ਕਰ ਸਕੇ ਇਸ ਤੋਂ ਵੱਡੀ ਸ਼ਿਕਸਤ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕਾਂਗਰਸ ਦੀ ਨਹੀਂ ਹੋ ਸਕਦੀ ਕਿ ਉਹ ਵੇਟ ਕਰ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਕੈਂਡੀਡੇਟ ਡਿਕਲੇਅਰ ਕਰੇ ਕਿਉਂ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਕੰਮ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਮੇਰੀ ਨਾਰੰਗ ਸਾਹਿਬ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਇਨਵਾਈਟ ਕਰਨਾ ਚਾਹੁੰਦਾ ਸੀ ਕਮਲ ਸ਼ਰਮਾ ਹੋਰਾਂ ਨਾਲ ਗੱਲ ਹੋਈ ਮੇਰੀ ਮੁਕਤਸਰ ਦੇ BJP ਔਰ ਸਾਰੇ ਆਗੂਆਂ ਨਾਲ ਗੱਲ ਹੋਈ ਉਹ ਸਾਰੇ ਦੇ ਸਾਰੇ ਸਰਗਰਮੀ ਨਾਲ ਇੱਕ ਇੱਕ ਪਿੰਡ ਵਿੱਚ ਚੋਣ ਲੜ ਰਹੇ ਨੇ ਔਰ ਕਾਂਗਰਸ ਪਾਰਟੀ ਅਜੇ ਤੱਕ ਆਪਣੇ ਕੈਂਡੀਡੇਟ ਡਿਕਲੇਅਰ ਕਰਨ ਤੋਂ ਜਿਵੇਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਬਿੱਟੂ ਨੂੰ ਭੇਜਿਆ ਗਿਆ ਉੱਥੇ ਜਲਾਲਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਔਰ ਅਮਰਿੰਦਰ ਸਿੰਘ ਹੋਰੀ ਇੱਥੇ ਚੋਣ ਲੜੇ 33,000 ਵੋਟ ਲੈ ਕੇ ਮੁੱਖ ਮੰਤਰੀ ਦੇ ਉਮੀਦਵਾਰ ਹੁੰਦਿਆਂ ਹੋਇਆਂ ਉਹਨਾਂ ਨੂੰ ਸ਼ਿਕਸਤ ਹੋਈ ਇਹ ਆਵਾਮ ਨਾਲ ਤੇ ਲੋਕਾਂ ਨਾਲ ਜੋ ਪਿਆਰ ਹੈ ਉਹਦਾ ਇੱਕ ਬੜਾ ਵੱਡਾ ਸਬੂਤ ਹੈ ਮੈਂ ਹੁਣ ਜ਼ਿਆਦਾ ਵਕਤ ਨਾ ਲੈ ਕੇ
ਤੁਹਾਡਾ ਸਭ ਭਰਾਵਾਂ ਪੈਣਾ ਦਾ, ਸਭ ਵੀਰਾਂ ਦਾ, ਸਾਰੀ ਪ੍ਰੈਸ ਦਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ, ਮਜੀਠੀਆ ਪਰਿਵਾਰ ਦਾ, ਸਾਡੀ ਭੈਣ ਦਾ, ਔਰ ਨਾਲ ਦੀ ਨਾਲ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਦਾ, ਉਹਨਾਂ ਦੇ ਨਾਲ ਆਏ ਹੋਏ ਸਾਰੇ ਜੋ MLA ਐਕਸ MLA ਸਾਹਿਬਾਨ ਹਨ, ਜ਼ਿਲ੍ਹਿਆਂ ਦੇ ਪ੍ਰਧਾਨ ਹਨ, ਆਗੂ ਹਨ, ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ। ਔਰ ਇਹ ਗੱਲ ਸਹੀ ਕਹੀ ਹੈ ਰਿਪਜੀਤ ਸਿੰਘ ਨੇ ਕਿ ਜਦ ਕਦੇ ਵੀ ਪੋਲੀਟੀਕਲ ਕ੍ਰਾਈਸਿਸ ਆਉਂਦਾ ਪੋਲੀਟੀਕਲ ਪਾਰਟੀਆਂ ਦੇ ਉੱਤੇ ਤਾਂ ਵਿਅਕਤੀ ਆਪਦੇ ਇੰਟਲੈਕਟ ਨਾਲ, ਆਪਦੀ ਕਲਮ ਨਾਲ, ਜਿਸ ਤਰ੍ਹਾਂ ਕਿਸੇ ਪੰਜਾਬੀ ਦੇ ਸ਼ਾਇਰ ਦਾ ਕਥਨ ਹੈ, ਜਗਤਾਰ ਬੜੇ ਵੱਡੇ ਗਜ਼ਲ ਗੋ ਹੋਏ ਨੇ, ਉਹਨਾਂ ਨੇ ਕਿਹਾ ਕਿ ਇਹ ਜੁਗਨੂ ਹੈ, ਜਗ ਜਗ ਕੇ ਬੁਝੇਗਾ ਫਿਰ ਲੜੇਗਾ, ਲੜੇਗਾ ਹਨੇਰੇ ਨਾਲ ਪਰ ਹਮੇਸ਼ਾ ਲੜੇਗਾ। ਮੈਂ ਇਸ ਗੱਲ ਦਾ ਬਚਨ ਕਰਦਾ ਕਿ ਕਾਂਗਰਸ ਦੇ ਵਿੱਚ ਵੀ 40 ਸਾਲ ਰਹਿੰਦੇ ਹਾਂ, 84 ਦੇ ਦੰਗਿਆਂ ਦੇ ਵਾਰ ਪਹਿਲੀ ਵਾਰ ਜਦੋਂ 92 ਚ ਮੈਂ ਮੁੱਦਾ ਉਠਾਇਆ, ਬਾਦਲ ਸਾਹਿਬ ਤੁਹਾਡੇ ਸਭ ਤੋਂ ਕਰੀਬੀ ਔਰ ਤੁਹਾਡੇ ਹਿੰਦੁਸਤਾਨ ਦੀ ਪੋਲਿਟਿਕਸ ਵਿੱਚ ਪ੍ਰਾਈਮ ਮਿਨਿਸਟਰ ਦੇ ਰੂਪ ਵਿੱਚ ਵਨ ਆਫ ਦੀ ਬੈਸਟ ਪ੍ਰਾਈਮ ਮਿਨਿਸਟਰਸ ਆਫ ਇੰਡੀਆ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਉੱਠ ਕੇ ਕਿਹਾ, ਜਦੋਂ ਮੈਂ 1993 ਵਿੱਚ 84 ਦੇ ਦੰਗਿਆਂ ਦਾ ਕਾਂਗਰਸ ਦਾ ਮੈਂਬਰ ਹੁੰਦਿਆਂ ਹੋਇਆਂ ਪੰਜਾਬ ਦੇ ਪਾਣੀਆਂ ਬਾਰੇ, ਦੰਗਿਆਂ ਬਾਰੇ, ਧੱਕਿਆਂ ਬਾਰੇ, ਵਿਸ਼ਵਾਸਘਾਤ ਬਾਰੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਆ ਮੇਰੇ ਨਾਲ ਬੈਠੇ ਹੋਏ ਸੱਜਣ ਕੁਮਾਰ ਔਰ ਜਗਦੀਸ਼ ਟਾਈਟਲ ਉਦੋਂ MP ਸੀ, ਇਹਨਾਂ ਨੇ ਸਾਡੇ ਬੱਚਿਆਂ ਨੂੰ ਬੋਰੀਆਂ ਵਿੱਚ ਪਾ ਕੇ ਸਾੜਿਆ। ਮੈਂ ਉਦੋਂ ਕਿਹਾ ਐਜ਼ ਅ ਕਾਂਗਰਸਮੈਨ, ਅੱਜ ਨਹੀਂ ਮੈਂ ਕਹਿ ਰਿਹਾ ਆਪ ਨੂੰ ਕਿ ਅੱਜ ਦੀ ਸੋਚ ਹੈ। ਪੰਜਾਬ ਦੇ ਪਾਣੀਆਂ ਦਾ ਖਰੜਾ ਜਿਹੜਾ 2004 ਵਿੱਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਵਿੱਚ ਲੈ ਕੇ ਆਏ, ਉਹ 1994 ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਮੈਨੂੰ ਤੁਹਾਡੀ ਕਿਰਪਾ ਦੇ ਨਾਲ ਉਠਾਉਣ ਦਾ ਮੌਕਾ ਮਿਲਿਆ। ਉਸ ਤੋਂ ਬਾਅਦ 1999 ਤੋਂ ਲੈ ਕੇ 2004 ਤੱਕ ਵੀ ਉਹਨਾਂ ਮੁੱਦਿਆਂ ਨੂੰ ਉਠਾਉਣ ਦਾ ਮੌਕਾ ਮਿਲਿਆ। ਮੈਂ ਆਪ ਨੂੰ ਇਹ ਬੇਨਤੀ ਕਰਾਂਗਾ ਕਿ ਇਹ ਇੱਕ ਗਲਤ ਪਰਸੈਪਸ਼ਨ ਹੈ ਕਿ ਪਾਰਟੀਆਂ ਛੋੜ ਦੀ, 37 ਸਾਲ ਕਾਂਗਰਸ ਵਿੱਚ ਰਹੇ, ਕਾਂਗਰਸ ਨੂੰ ਮੰਥਣ ਲਈ ਕਿਹਾ, ਕੇਵਲ ਕੋਈ ਅਪਸ਼ਬਦ ਨਹੀਂ ਕਿਹਾ ਕਿਸੇ ਲੀਡਰ ਬਾਰੇ। ਮੈਂ ਕਿਹਾ ਇੰਟਰੋਸਪੈਕਟ ਕਰੋ ਕਿ ਹਿੰਦੁਸਤਾਨ ਦੀ ਉਹ ਪਾਰਟੀ ਜਿਹੜੀ 400 ਬੰਦਾ ਲੈ ਕੇ ਆਉਂਦੀ ਹੈ, ਅੱਜ ਕੇਵਲ 44 ਬੰਦਿਆਂ ਤੇ ਸਿਮਟ ਗਈ ਹੈ। ਪਲੀਜ਼ ਇੰਟਰੋਸਪੈਕਟ। ਲੇਕਿਨ ਉਹਦਾ ਗੁੱਸਾ ਕੀਤਾ ਪਾਰਟੀ ਨੇ ਔਰ ਮੈਨੂੰ ਰਸਤਾ ਬਾਹਰ ਦਾ ਦਿਖਾਇਆ ਗਿਆ। 84 ਦੇ ਦੰਗਿਆਂ ਤੋਂ ਬਾਅਦ ਮਿਗ ਕ੍ਰੈਸ਼ ਵੇਲੇ ਇੱਕ ਸਮਾਂ ਆਇਆ ਜਦੋਂ ਮੰਤਰੀ ਬਣਾਉਣ ਲਈ ਮੈਨੂੰ ਨਰਸਿਮਾ ਰਾਓ ਜੀ ਨੇ ਜਤਿੰਦਰ ਪ੍ਰਸਾਦ ਜੀ ਰਾਹੀਂ ਬੁਲਾਇਆ, ਪਰ ਮੈਂ ਇਹ ਗੱਲ ਕਹੀ ਕਿ ਮੈਂ ਅਖੰਡ ਪਾਠ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਜੋ ਭੋਗ ਪਏ ਹਨ ਉਹ ਅਰਦਾਸ ਕਰਕੇ ਆਇਆ ਕਿ ਅਗਰ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਮੈਨੂੰ ਪਹੁੰਚਣ ਦਾ ਮੌਕਾ ਮਿਲ ਗਿਆ, ਮੈਂ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਭਾਈਚਾਰੇ ਦੀ, ਪੰਜਾਬ ਦਾ ਜੋ ਟੈਰਰਿਜ਼ਮ ਦਾ ਪੀਰੀਅਡ ਹੈ ਉਹਦੇ ਵਿੱਚ ਜੋ ਨੁਕਸਾਨ ਹੋਇਆ, ਜੋ ਪੰਜਾਬ ਨਾਲ ਵਿਤਕਰਾ ਕਰਕੇ ਬਾਰਡਰ ਸਟੇਟ ਏਰੀਆ ਔਰ ਸਾਨੂੰ ਸਪੈਸ਼ਲ ਸਟੇਟਸ ਨਹੀਂ ਮਿਲਿਆ, ਹਜ਼ਾਰਾਂ ਵਾਰ ਅਕਾਲੀ ਦਲ ਨੇ ਕਿਹਾ, ਦੂਜੀਆਂ ਪਾਰਟੀਆਂ ਨੇ ਕਿਹਾ, ਲੇਕਿਨ ਸਮੇਂ ਦੀਆਂ ਸਰਕਾਰਾਂ ਨੇ ਸਪੈਸ਼ਲ ਸਟੇਟਸ ਟੂ ਪੰਜਾਬ, ਆ ਕਿਉਂ ਤਬਾਹ ਹੋ ਗਿਆ? ਸਾਰਾ ਗੋਬਿੰਦਗੜ੍ਹ, ਸਾਰਾ ਬਟਾਲਾ, ਸਾਰਾ ਅੰਮ੍ਰਿਤਸਰ, ਸਾਰੀ ਇੰਡਸਟਰੀ, 20,000 ਤੋਂ ਉੱਪਰ ਇੰਡਸਟਰੀ ਬੰਦ ਹੋ ਗਈ। ਅੱਜ ਜ਼ਰੂਰਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਿਗਰ ਪ੍ਰਧਾਨ ਦੀ ਅਗਵਾਈ ਹੇਠ ਹਿੰਦੁਸਤਾਨ ਦੀ ਪਾਰਲੀਮੈਂਟ ਦੀਆਂ ਪੰਜਾਬ ਦੀਆਂ 13 ਸੀਟਾਂ ਚੋਂ 10 ਸੀਟਾਂ ਤੇ ਅਕਾਲੀ ਦਲ ਜੋ ਲੜਾਈ ਲੜ ਰਿਹਾ ਔਰ 3 ਤੇ BJP ਲੜ ਰਹੀ ਹੈ, ਇਹ 13 ਦੀਆਂ 13 ਸੀਟਾਂ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਨੂੰ ਮਿਲਣ ਔਰ ਰਲ ਕੇ ਅਸੀਂ ਪੰਜਾਬ ਨੂੰ ਜੋ ਵਿਸ਼ੇਸ਼ ਅਧਿਕਾਰ ਹਨ ਉਹ ਪੰਜਾਬ ਨੂੰ ਮਿਲ ਸਕਣ ਔਰ ਪੰਜਾਬ ਦੀ ਬੇਰੁਜ਼ਗਾਰ ਨੌਜਵਾਨ ਪੀੜ੍ਹੀ ਜੋ ਬੜੀ ਵੱਡੀ ਪੱਧਰ ਤੇ ਕੇਵਲ ਝੂਠ ਦਾ ਪਸਾਰਾ ਔਰ ਪ੍ਰਚਾਰ ਕੀਤਾ ਜਾ ਰਿਹਾ, ਬੇਰੁਜ਼ਗਾਰੀ ਦਾ ਐਡਾ ਵੱਡਾ ਪੱਧਰ ਵਧਿਆ ਹੋਇਆ, ਅੰਕੜੇ ਤੁਹਾਡੇ ਸਾਹਮਣੇ ਨੇ, ਮੈਂ ਉਹਨਾਂ ਨੂੰ ਡਿਟੇਲ ਵਿੱਚ ਨਹੀਂ ਜਾਣਾ ਚਾਹੁੰਦਾ। ਮੈਂ ਇੰਨੇ ਸ਼ਬਦਾਂ ਦੇ ਨਾਲ ਪ੍ਰਸ਼ਾਦੇ ਸਾਰੀ ਸੰਗਤ ਲਈ ਤਿਆਰ ਹਨ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਗੁਰੂ ਘਰ ਦੀ ਕਿਰਪਾ, ਮਹਾਰਾਜ ਦੀ ਪ੍ਰਸ਼ਾਦਾ ਛੱਕ ਕੇ ਜਾਣ ਔਰ ਦੁਬਾਰਾ ਮੈਂ ਧੰਨਵਾਦ ਕਰਦਾ ਹੱਥ ਜੋੜ ਕੇ ਸ਼੍ਰੋਮਣੀ ਅਕਾਲੀ ਦਲ ਦਾ ਕਿ ਜਦੋਂ ਸਭ ਰਸਤੇ ਬੰਦ ਹੋ ਜਾਣ ਤਾਂ ਫਿਰ ਸਤਿਗੁਰੂ ਕੋਈ ਰਸਤਾ ਤੇ ਦਰਵਾਜ਼ਾ ਤੇ ਦੁਆਰ ਉਹਨਾਂ ਲੋਕਾਂ ਦੁਆਰਾ ਖੁਲਾਉਂਦਾ ਹੈ ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਤੁਸੀਂ ਮੈਨੂੰ
ਦੁਆਰ ਖੋਲ ਕੇ ਮੇਰੇ